ਝੋਨੇ ਦੀ ਖਰੀਦ ਦੇ ਮਸਲੇ ਤੇ ਲਗਾਤਾਰ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਆੜਤੀਆਂ ਜਥੇਬੰਦੀਆਂ ਤੇ ਸ਼ੈਲਰ ਐਸੋਸੀਏਸ਼ਨ ਲਗਾਤਾਰ ਸਰਕਾਰ ਦੇ ਨਾਲ ਮੀਟਿੰਗਾਂ ਦੇ ਬਾਅਦ ਹੁਣ ਚੇਤਾਵਨੀ ਦੇਣ ਦੇ ਹਾਲਾਤਾਂ 'ਚ ਪਹੁੰਚ ਗਈ ਹੈ ਸਭ ਤੋਂ ਵੱਧ ਸਰਕਾਰ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਕਿਸਾਨ ਦੀ ਝੋਨੇ ਦੀ ਫਸਲ ਨਹੀਂ ਚੱਕੀ ਜਾਂਦੀ ਤਾਂ ਫਿਰ ਸੰਘਰਸ਼ ਦੀ ਤਿਆਰੀ ਹੈ 13 ਅਕਤੂਬਰ ਨੂੰ 12 ਵਜੇ ਤੋਂ 3 ਵਜੇ ਤੱਕ ਕਹਿੰਦੇ ਨੇ ਕਿ ਪੂਰੇ ਪੰਜਾਬ ਦੀ ਟ੍ਰੈਫਿਕ ਜਾਮ ਰਹੇਗੀ ਤੇ ਉਸ ਤੋਂ ਬਾਅਦ 14 ਤਰੀਕ ਨੂੰ ਅੱਗੇ ਦਾ ਸੰਘਰਸ਼ ਦੱਸਾਂਗੇ ਕਿ ਕੀ ਕਰਨਾ ਹੈ ਸਾਡੇ ਨਾਲ ਭਾਜਪੀ ਦੇ ਆਗੂ ਫਤੇਜ ਸਿੰਘ ਬਾਜਵਾਣੇ ਬਾਜਾ ਸਾਹਿਬ ਕਿਸਾਨ ਕਈ ਮੀਟੀਆਂ ਕਿਸਾਨ ਜਥੇਬੰਦੀਆਂ ਦੀਆਂ ਹੋ ਗਈਆਂ ਆਰਟੀਆ ਐਸੋਸੀਏਸ਼ਨ ਦੀਆਂ ਹੋ ਗਈਆਂ ਸਰਕਾਰ ਦੇ ਨਾਲ ਪਰ باوجود ਇਸ ਦੇ ਹਾਲਾਤ ਐਸੇ ਕਿਉਂ ਪੈਦਾ ਹੋਏ ਕਿ ਮੰਡੀਆਂ ਦੇ ਵਿੱਚ ਕਿਸਾਨ ਦਾ ਝੋਨਾ ਜਿਹੜਾ ਹੈਗਾ ਉਹ ਆ ਕੇ ਫਸ ਗਿਆ ਜਾਂ ਕੀ ਹੈ ਕਿ ਸਟਕ ਹੋ ਗਿਆ ਤੇ ਕੋ ਨੂਪਿੰਦਰ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਦਾ ਸਾਰਿਆਂ ਨੂੰ ਵੱਡਾ ਬਲੰਡਰ ਰਿਹਾ ਹੈ ਤੁਹਾਨੂੰ ਯਾਦ ਹੋਏਗਾ ਵੀ ਅਜ ਤੋਂ ਸਾਲ ਪਹਿਲਾਂ ਜਦੋਂ ਪਾਣੀ ਦੇ ਮਸਲੇ ਤੇ ਚੱਲੀ ਵੀ ਝੋਨਾ ਜਿਹੜਾ ਹੈ ਇਹ ਸਾਰਿਆਂ ਨੂੰ ਵੱਧ ਪਾਣੀ ਪੀਂਦਾ ਤੇ ਧਰਤੀ ਦੇ ਥੱਲੇ ਪਾਣੀ ਦਾ ਮਿਆਰ ਜਿਹੜਾ ਘਟਦਾ ਜਾ ਰਿਹਾ ਠੀਕ ਹੈ ਇੱਕ ਵਿਸ਼ਾ ਬਹੁਤ ਠੀਕ ਸੀ ਵੀ ਉਹਦੇ ਬਾਰੇ ਸੋਚਣਾ ਪੈਣਾ ਹੈ ਸਰਕਾਰ ਨੂੰ ਸੂਬੇ ਦੀ ਸਰਕਾਰ ਨੂੰ ਇਸ ਬਾਰੇ ਸੋਚ ਵੀ ਆਈ ਪਰ ਉਹਨਾਂ ਨੇ ਕਮਿਟਮੈਂਟ ਜਿਹੜੀ ਲੋਕਾਂ ਨਾਲ ਕੀਤੀ ਕਿਸਾਨਾਂ ਨਾਲ ਕੀਤੀ ਉਦੋਂ ਕਿਹਾ ਵੀ ਤੁਸੀਂ ਮੂੰਗੀ ਮੱਕੀ ਬੀਜੋ ਤੇ ਝੋਨੇ ਦੀ ਜਿਹੜੀ ਫਸਲ ਹੈ ਇਹਨੂੰ ਛੱਡੋ ਤੇ ਅਸੀਂ ਇੱਕ ਇੱਕ ਦਾਣਾ ਜਿਹੜਾ ਹੈ ਔਰ ਇਹਦੇ ਤੁਹਾਨੂੰ ਜਿਹੜੀ ਇਹਦੀ ਫਸਲ ਦੀ ਕੀਮਤ ਵੀ ਪੂਰੀ ਮਿਲਦੀ ਹੈ ਅਸੀਂ ਤੁਹਾਡੀ ਇਹ ਫਸਲ ਐਮਐਸਪੀ ਬਣਾ ਕੇ ਚੁੱਕਾਂਗੇ ਲੋਕਾਂ ਨੇ ਕਿਉਂਕਿ ਚੰਦ ਲੋਕਾਂ ਨੇ ਇਹਦਾ ਤਜਰਬਾ ਕੀਤਾ ਔਰ ਉਸਦੇ ਕੀ ਹੋਇਆ ਵੀ ਲੋਕ ਬੜਾ ਚੀਕ ਝਾੜਾ ਪਿਆ ਕਿ ਇਹਨਾਂ ਨੇ ਇੱਕ ਦਾਣਾ ਵੀ ਨਾ ਮੂੰਗੀ ਦਾ ਨਾ ਮੱਕੀ ਦਾ ਚੱਕਿਆ ਬਿਲੋ ਐਮ ਐਸ ਪੀ ਦੇ ਰੇਟ ਤੇ ਮੰਡੀਆਂ ਵਿੱਚ ਰੋਲਦੀ ਰਹੀ ਤੇ ਵਿਕੀ ਇਹੋ ਸੇਮ ਚੀਜ਼ ਇਹਨਾਂ ਨੇ ਝੋਨੇ ਦੀ ਇੱਕ ਵੈਰਾਈਟੀ ਹੈਗੀ 126 ਉਸ ਵੈਰਾਈਟੀ ਤੇ ਭਗਵੰਤ ਮਾਨ ਜੀ ਨੇ ਜਿੱਦ ਕੋ ਵੀ رائے ਲਈ ਚਾਹੇ ਉਹ ਐਗਰੀਕਲਚਰ ਤੇ ਯੂਨੀਵਰਸਿਟੀ ਦੇ ਕੋਈ ਮਾਹਿਰਾਂ ਕੋ ਲਈ ਜਾਂ ਕਿਸੇ ਜਿੱਥੋਂ ਵੀ ਇਹਨਾਂ ਲਈ ਇਹਨਾਂ ਨੇ ਕਿਹਾ ਜੀ ਵੀ ਇਹਦੇ ਪਾਣੀ ਦੀ ਖਪਤ ਘੱਟ ਲੱਗਦੀ ਹੈ ਤੇ ਇਹ ਝੋਨੇ ਦਾ ਝਾੜ ਵੀ ਪੂਰਾ ਹੋਏਗਾ ਤੇ ਸਰਕਾਰ ਇੱਕ ਇੱਕ ਦਾਣਾ ਸੂਬੇ ਦੀ ਸਰਕਾਰ ਇੱਕ ਇੱਕ ਦਾਣਾ ਚੁਕੇਗੀ ਪਹਿਲੇ ਇਹਨਾਂ ਨੇ ਮਸਲਾ ਕਰ ਦਿੱਤਾ ਵੀ ਜੀ ਇੱਥੇ ਸਪੇਸ ਐਨੀ ਜੀ ਤੋ ਇਸ ਕਰਕੇ ਝੋਨਾ ਚੁੱਕਿਆ ਕਿੱਦਾਂ ਜਾਊਗਾ ਤੇ ਇਹਨਾਂ ਦੇ ਆਪਣੇ ਮਨਿਸਟਰ ਕਟਾਰੂ ਚੱਕ ਜੀ ਨੇ ਹਫਤੇ ਪਹਿਲੇ ਸਟੇਟਮੈਂਟ ਦਿੱਤੀ ਵੀ ਸਾਨੂੰ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਹੈ ਪੂਰੀ ਸਪੇਸ ਹੈਗੀ ਹੈ ਅਸੀਂ ਇੱਕ ਇੱਕ ਦਾਣਾ ਜਿਹੜਾ ਕਿਸਾਨਾਂ ਦਾ ਚੱਕਾ ਨੇ ਹੁਣ ਕਹਾਣੀ ਕਿੱਥੋਂ ਆ ਗਈ ਵੀ ਪਿਛਲੀ ਵਾਰ ਵੀ ਜਦੋਂ 126 ਕੁਝ ਲੋਕਾਂ ਨੇ ਬੀਜੀ ਤੇ ਉੱਥੇ 8% 9% ਦੀ ਜਿਹੜੀ ਉਹਦੀ ਰਾਈਸ ਦੀ ਮਿਲਿੰਗ ਕਰਦੇ ਨੇ ਚੌਲ ਜਿਹੜਾ ਉਹ ਘਟ ਬੰਦਾ ਹੈ 8 9% ਉਹ 8 9% ਦੀ ਬਹੁਤ ਵੱਡੀ ਤਦਾਦ ਬਣ ਜਾਂਦੀ ਹੈ ਤੇ ਉਹ ਜਿਹੜਾ ਸ਼ੈਲਰ ਵਾਲਾ ਹੈ ਉਹ ਪਿਛਲੀ ਵਾਰ ਵੀ ਉਹਨਾਂ ਨੇ ਬਾਹਰਲੇ ਸੂਬਿਆਂ ਚੋਂ ਚੌਲ ਖਰੀਦ ਕੇ ਤੇ ਆਪਣੇ ਘਰ ਪੂਰੇ ਕੀਤੇ ਕਿਉਂਕਿ ਜਿਹੜੇ ਇਹ ਸਰਕਾਰ ਦੇ ਨਾਲ ਇਹਨਾਂ ਦਾ ਐਗਰੀਮੈਂਟ ਹੁੰਦਾ ਉਹ ਐਗਰੀਮੈਂਟ ਬਹੁਤ ਜਿਹੜਾ ਹੁੰਦਾ ਵੀ ਉਹ ਇਹ ਹੱਦ ਤੱਕ ਹੁੰਦਾ ਵੀ ਤੁਹਾਡੇ ਅਸੀਂ ਤੁਹਾਨੂੰ ਪੈਸੇ ਲਾੜੇ ਪੈਣਗੇ ਜੋ ਸਰਕਾਰ ਨੇ ਤੁਹਾਡੇ ਐਗਰੀਮੈਂਟ ਕੀਤਾ ਗਿਆ ਇਸ ਵਾਰ ਸ਼ੈਲਰ ਵਾਲਿਆਂ ਨੇ ਆਪਣੇ ਹੱਥ ਖੜੇ ਕਰਤੇ ਵੀ ਅਸੀਂ ਜਿਹੜਾ 126 ਵੈਰਾਈਟੀ ਨਹੀਂ ਚੱਕਾਂਗੇ ਅਸੀਂ ਉਹਦੀ ਸ਼ੈਲਿੰਗ ਨਹੀਂ ਕਰਾਂਗੇ ਕਿਉਂਕਿ ਇੰਨੀ ਜ਼ਿਆਦਾ ਤਦਾਦ ਵਿੱਚ ਹੋਣ ਇਹ ਲਈ ਗਈ ਹੈ ਤੇ ਇਹਦਾ ਘਾਟਾ ਕੌਣ ਪੂਰਾ ਕਰੂਗਾ ਅੱਗੇ ਤੇ ਇਹ ਮਾਈ ਦੇ ਲਾਲ ਜਿਹੜੇ ਸੂਬੇ ਵਾਲੇ ਸੀ ਇਹ ਸਾਰੇ ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਸੀ ਵੀ ਦਿੱਲੀ ਨੂੰ ਮੂੰਹ ਕਰੋ ਉੱਥੇ ਜਾ ਕੇ ਆਪਾਂ ਸੜਕਾਂ ਜਿਹੜੇ ਜਾਮ ਕਰਾਂਗੇ ਹੁਣੇ ਦੱਸਣ ਵੀ ਜਿਹੜਾ ਇਹ ਘਾਟਾ ਜਿਹੜਾ ਇਹ ਮੁੱਖ ਮੰਤਰੀ ਸਾਹਿਬ ਨੇ 126 ਵੈਰਾਈਟੀ ਜਿਹੜੀ ਕਿਸਾਨ ਵੀਰਾਂ ਨੂੰ ਕਿਹਾ ਬੀਜਣ ਲਈ ਕਿ ਉਹ ਵੈਰਾਈਟੀ ਦਾ ਦਾਣਾ ਚੱਕਣਗੇ ਇਹ ਰੋਲਾ ਪੈ ਗਿਆ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਫਸਲ ਆਈ ਉਹਦੇ ਵਿੱਚ ਇੱਕ ਗੱਲ ਹੈ ਝੋਨੇ ਦਾ 126 ਦਾ ਝਾੜ ਪੂਰਾ ਨਿਕਲਦਾ ਹੈ ਤੋਲ ਵਿੱਚ ਪੂਰੀ ਹੈ ਪਰ ਜਦੋਂ ਉਹਦਾ ਚੌਲ ਮੈਨੂਫੈਕਚਰ ਹੁੰਦਾ ਹੈ ਚੌਲ ਦੀ ਸ਼ੈਲਿੰਗ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ 8 ਤੋਂ 9% ਉਹਦਾ ਘਾਟਾ ਪੈਂਦਾ ਭਾਈ ਉਸ ਪਰ ਇਸ ਹਤਾਂ ਦੇ ਵਿੱਚ ਹੋਣਾ ਹੋਏਗਾ ਕੀ ਕਿਉਂਕਿ ਕਿਸਾਨ ਅੱਜ ਹੀ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਫ ਤੌਰ ਤੇ ਉਹਨਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਪਰ ਬੇਸ਼ੱਕ ਸੰਘਰਸ਼ ਦੇ ਬਾਅਦ ਕੋਈ ਵਿਚਦਾ ਰਸਤਾ ਨਿਕਲਿਆ ਹੋਵੇ ਪਰ ਜਿਹੜੇ ਆ ਦਿਨ ਪਿਛਲੇ ਲਗਾਤਾਰ ਤੁਸੀਂ ਦੇਖੋ ਇੱਕ ਦੋ ਦਿਨ ਝੋਨੇ ਦੀ ਖਰੀਦ ਹੋਈ ਆ ਅੜਤੀਏ ਵੀ ਹੱਥ ਖੜੇ ਕਰ ਗਏ ਆ ਤਾਂ ਕੀ ਇਹਦੇ ਵਿੱਚ ਕਿਉਂਕਿ ਕਈ ਮਸਲੇ ਕੇਂਦਰ ਤੇ ਵੀ ਜਾਵੜਦੇ ਆ ਲਿਫਟਿੰਗ ਦੇ ਜਾਂ ਇਹ ਮਸਲੇ ਜਿਹੜੇ ਨੇ ਉਹ ਕੇਂਦਰ ਤੇ ਵੀ ਜਾ ਪੈਂਦੇ ਆ ਤਾਂ ਕੀ ਕੇਂਦਰ ਅੱਗੇ ਹੋ ਕੇ ਇਕ ਕੋਈ ਜ਼ਿੰਮੇਵਾਰੀ ਹਸਤੰ ਦਿਵਰ ਸਕਦੀ ਹੈ ਕਿ ਹਾਂ ਪੰਜਾਬ ਦਾ ਕਿਸਾਨ ਵੀ ਕਿਉਂਕਿ ਦੇਸ਼ ਦਾ ਕਿਸਾਨ ਹੈ ਤੇ ਇਹ ਖੱਜਲ ਨਾ ਹੋਵੇ ਕਿਉਂਕਿ ਫਸਲ ਦਾ ਕਿਸਾਨ ਦੀ ਜਿਹੜੀ ਹੋਗੀ ਆ ਉਹ ਸਾਹਮੜੀ ਪੈਣੀ ਆ ਤਾਂ ਉਹਦੇ ਚ ਕੇਂਦਰ ਕੋਈ ਇਨੀਸ਼ੀਏਟਿਵ ਲੈ ਸਕਦਾ ਕੋਈ ਕੇਂਦਰ ਦੇ ਨਾਲ ਤਾਲਮਿਲ ਦੇਖੋ ਇਹਦੇ ਵਿੱਚ ਕਿਉਂਕਿ ਕੇਂਦਰ ਨੇ ਤੇ ਜਿਹੜੀ ਵੈਰਾਈਟੀ ਉਹ ਕਹਿੰਦੇ ਨੇ ਉਹਨਾਂ ਨੇ ਇੱਕ ਇੱਕ ਦਾਣਾ ਚੁਕਨਾ ਤੇ ਚੁੱਕਿਆ ਬਾਹਲੇ ਸੂਬਿਆਂ ਦੀ ਵੀ ਚੁੱਕਿਆ ਜਾ ਰਿਹਾ ਇੱਥੇ ਸੂਬਾ ਸਰਕਾਰ ਨੂੰ ਜੇਕਰ ਇੱਥੇ ਘਾਟਾ ਪੈਂਦਾ ਤੇ ਇਹਨਾਂ ਨੂੰ ਕਿਸਾਨਾਂ ਨੂੰ ਬੋਨਸ ਦੇਣਾ ਚਾਹੀਦਾ ਸ਼ੈੱਲਰ ਵਾਲਿਆਂ ਨੂੰ ਕਹਿਣ ਵੀ ਜੀ ਠੀਕ ਹੈ ਜੇ ਤੁਹਾਨੂੰ ਇੰਨਾ ਘਾਟਾ ਪੈਂਦਾ ਇੰਨੇ ਪਰਸੈਂਟ ਅਸੀਂ ਜਿਹੜਾ ਤੁਹਾਨੂੰ ਬੋਨਸ ਦਿੰਨੇ ਆ ਤੁਸੀਂ ਇਹਦੀ ਰਾਈਸ ਦੀ ਸ਼ੈਡਿੰਗ ਕਰੋ ਪਰ ਉਹ ਇਹਨਾਂ ਕੋਲ ਹੈ ਹੀ ਕੋਈ ਨਹੀਂ ਜ਼ੈਰਖਾਨ ਨੂੰ ਇਹਨਾਂ ਕੋਲ ਪੈਸਾ ਨਹੀਂ ਇਹਨਾਂ ਦੇਣਾ ਕੀ ਕਿਸਾਨਾਂ ਦਾ ਤੁਸੀਂ ਵੇਖੋ ਕਿਸਾਨ ਵੇਖੋ ਹਾਲਾਤ ਕੀ ਨੇ ਇੱਕ ਬੰਨੇ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਜਿਹੜੀਆਂ ਧੰਦਲੀਆਂ ਹੋਈਆਂ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਹੈ 15 ਤਰੀਕ ਨੂੰ ਪੰਚਾਇਤ ਦੀ ਇਲੈਕਸ਼ਨ ਹੈ ਹੋਣੀ ਕਿ ਨਹੀਂ ਹੁਣੀ ਹਾਈ ਕੋਰਟ ਦਾ ਕੀ ਫੈਸਲਾ ਆ ਜਾਣਾ ਜਿਹੜੀ ਤੰਦਲੀ ਤੇ ਜਿਹੜੀ ਇਹਨਾਂ ਨੇ ਇਹਨਾਂ ਦੇ ਲੋਕਾਂ ਨੇ ਜਿਹੜੇ ਅਫਸਰਾਂ ਨੇ ਵੀ ਮੈਂ ਕਹਿੰਨੇ ਵੀ ਇੰਨੀ ਗੁੰਡਾਗਰਦੀ ਕੀਤੀ ਹੈ ਜਿਹੜੇ ਸਾਰੇ ਕਾਗਜ਼ ਪੰਚਾਇਤਾਂ ਦੇ ਜੇ ਇੱਕ ਬਲੌਕ ਵਿੱਚ 10 ਪੰਚਾਇਤਾਂ ਸੀ ਤੇ ਦਸਾਂ ਦੇ ਕਾਗਜ਼ ਰੱਦ ਕਰਤੇ ਮੈਨੂੰ ਲੱਗਦਾ ਕਿ ਕਿੰਧਰ ਕਿਤੇ ਇਹ ਤਾਂ ਉਹ ਗੱਲ ਆ ਵੀ ਆ ਭਾਜੀਪੀ ਨੂੰ ਲੱਗਦਾ ਕਿ ਹੁਣ ਪਹਿਲਾਂ ਕੇਂਦਰ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਸੀਗਾ ਹੁਣ ਜੇ ਸੂਬੇ ਦੇ ਖਿਲਾਫ ਜਿਹੜਾ ਹੈਗਾ ਕਿਸਾਨ ਸੰਘਰਸ਼ ਦੀ ਗੱਲ ਕਰ ਰਹੇ ਆ ਤਾਂ ਤੁਹਾਨੂੰ ਸਿਆਸਤ ਦਾ ਜਰੂਰ ਮੌਕਾ ਮਿਲ ਗਿਆ ਪਰ ਇਸ ਸਿਆਸਤ ਚ ਕਿਸਾਨ ਕਿੱਧਰ ਜਾਊਗਾ ਮਸਲੇ ਦਾ ਰੋਲਾ ਇਹ ਆ ਅਸੀਂ ਕਿਸਾਨ ਭਰਾਵਾਂ ਦੇ ਨਾਲ ਆ ਅਸੀਂ ਨਹੀਂ ਚਾਹਦੇ ਵੀ ਕਿਸਾਨ ਮੰਡੀਆਂ ਚ ਰੋਲੇ ਉਹਦੀ ਫਸਲ ਮੰਡੀਆਂ ਚ ਰੋਲੇ ਅਸੀਂ ਭਰਾਵਾਂ ਦੇ ਨਾਲ ਆ ਜਿੱਥੇ ਬੰਦਾ ਐ ਸਾਰਾ ਸੁਭਾ ਸਰਕਾਰ ਦਾ ਜਿਹੜਾ ਇਹਨਾਂ ਬਲੰਡਰ ਕੀਤਾ ਉਸ ਦੇ ਉੱਤੇ ਜੇਕਰ ਯੂਨੀయన్స్ ਦੇ ਸਾਰੇ ਲੀਡਰਸ ਐ ਬਹਾਨ ਕੋਈ ਸੈਂਟਰ ਦੇ ਕੋਲ ਕੋਈ ਵੀ ਮੰਗ ਕਰੇ ਜੋ ਉਹਨਾਂ ਦਾ ਬੰਦਾ ਹੋਏ ਅਸੀਂ ਨਾਲ ਜਾ ਕੇ ਉਹਦੀ ਆਵਾਜ਼ ਜ਼ਰੂਰ بلند ਕਰਾਂਗੇ ਕਿਸਾਨ ਭਰਾਵਾਂ ਦੀ ਫਸਲ ਨੂੰ ਆਪਾਂ ਮੰਡੀਆਂ 'ਚ ਨਹੀਂ ਰੋਲਣ ਦਾਂਗੇ ਬਟ ਕਿਸਾਨ ਭਰਾਵਾਂ ਨੂੰ ਇਹ ਗੱਲ ਬਿਲਕੁਲ ਇਹ ਜਿਹੜੀ ਹੈ ਸਾਬਤ ਹੋ ਜੂਗੀ ਇਸ ਵਾਰ ਬੀ ਜਿਹੜੀ ਸੂਬਾ ਸਰਕਾਰ ਹੈ ਉਹਨਾਂ ਨੇ ਉਹਨਾਂ ਨਾਲ ਬਹੁਤ ਵੱਡਾ ਘੋਰ ਅਨਿਆਇ ਕੀਤਾ ਔਰ ਜੇ ਕੀਤਾ ਤੇ ਉਹਨਾਂ ਦਾ ਫਰਜ਼ ਬੰਦਾ ਮੈਂ ਸਮਝਦਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਇਹ ਟੈਸਟ ਦਾ ਸਮਾਂ ਹੈ ਜੇ ਉਹਨਾਂ ਨੇ ਜ਼ੁਬਾਨ ਕਹਿੰਦੇ ਮੁੱਖ ਮੰਤਰੀ ਦੀ ਜ਼ੁਬਾਨ ਸਾਰੇ ਨਾਲ ਵੱਡੀ ਚੀਜ਼ ਹੁੰਦੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੋ ਏਕ-ਏਕ ਦਾਣਾ ਚੁਕਣ ਤਾਂ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵਿਸ਼ਵਾਸ ਹੋਏ ਉਹਨਾਂ ਦੇ ਮੁੱਖ ਮੰਤਰੀ ਦਾ ਅਸੀਂ ਵੀ ਇਹੀ ਅਰਦਾਸ ਕਰਦੇ ਆ ਵੀ ਹੋਣਾ ਚਾਹੀਦਾ ਪਰ ਜੋ ਨਜ਼ਰ ਆ ਰਿਹਾ ਹੈ ਜੋ ਤੁਸੀਂ ਦੇਖ ਰਹੇ ਹੋ ਰੋਜ਼ ਇਹਨਾਂ ਦੀਆਂ ਮੀਟਿੰਗਸ ਤੇ ਪ੍ਰੈਸ ਕਾਨਫਰੰਸਸ ਹੋ ਰਹੀਆਂ ਨੇ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹ ਕਿਸਾਨ ਦੇ ਝੋਨੇ ਨੂੰ ਜਿਹੜੀ ਹੈ ਖਾਸ ਕਰਕੇ 126 ਜਿਹੜੀ ਇਹਨਾਂ ਦੀ ਵੈਰਾਈਟੀ ਉਹਨੂੰ ਚੁੱਕ ਪਾਣ ਪਰ ਫਿਰ ਵੀ ਕਿਸਾਨ ਦੇ ਪ੍ਰਤੀ ਕੋਈ ਵੀ ਗੱਲ ਹੋਏਗੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੇ ਹਾਂ ਵੀ ਅਸੀਂ ਕਿਸਾਨ ਭਰਾਵਾਂ ਦੇ ਨਾਲ ਪੂਰਾ ਹਾਜ਼ਰ ਰਹਿਣਾ ਹੈ ਤਾਂ ਫਤਿਹ ਜਗਤ ਸਿੰਘ ਬਾਜਵਾ ਕਹਿੰਦੇ ਨੇ ਕਿ ਪੰਜਾਬ ਸਰਕਾਰ ਕਿਸਾਨ ਦਾ ਝੋਨਾ ਖਰੀਦਣ ਦੇ ਮਸਲੇ ਤੇ ਫੇਰ ਸਾਫਤ ਹੁੰਦੀ ਜਾ ਰਹੀ ਹੈ ਪਰ ਨਾਲ ਹੀ ਦਾਵਾ ਕਰਦੇ ਨੇ ਕਿ ਹਾਂ ਜੇ ਕਿਸੇ ਨੇ ਬਾਹ ਨਾਮ ਫੜੀ ਤਾਂ ਫਿਰ ਕੇਂਦਰ ਦੇ ਕੋਲੋਂ ਕਿਸਾਨਾਂ ਦੇ ਲਈ ਹਰ ਰਾਹ ਖੁਲਾਵਾਂਗੇ ਜੇ ਪੰਜਾਬ ਸਰਕਾਰ ਕਿਸਾਨਾਂ ਦੀ ਨਹੀਂ ਸੁਣਦੀ ਤਾਂ ਕਹਿੰਦੇ ਨੇ ਕਿ ਕਿਸਾਨ ਆਗੂ ਸਾਡੇ ਕੋਲੇ ਆਉਣ ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਕਿਸਾਨ ਦੀ ਫਸਲ ਦਾ ਦਾਣਾ-ਦਾਣਾ ਚੱਕਾਂਗੇ ਖੈਰ ਇੱਕ ਪਾਸੇ ਕਿਸਾਨ ਦੀ ਫਸਲ ਮੰਡੀਆਂ ਚ ਖਰੀਦੀ ਉਡੀਕ ਦੇ ਵਿੱਚ ਹੈ ਕਿ ਕਦੋਂ ਉਸ ਦੀ ਫਸਲ ਵਿਕੇਗੀ ਤੇ ਕਦੋਂ ਉਸ ਦੀ ਜੇਬ 'ਚ ਮਿਹਨਤ ਦੀ ਕਮਾਈ ਦੇ ਪੈਸੇ ਆਉਣਗੇ ਪਰ ਦੂਜੇ ਪਾਸੇ ਸਿਆਸਤ ਜੋਰਾਂ ਤੇ ਆ। ਕੈਮਰਾਮੈਨ ਅਮਨਦੀਪ ਦੇ ਨਾਲ ਨਪਿੰਦਰ ਸਿੰਘ ਨਿਊਜ਼ 18 ਚੰਡੀਗੜ੍ਹ